ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਦੇ ਵਿੱਚ ਲਗਾਤਾਰ ਦਿਨ ਦਿਹਾੜੇ ਲੁੱਟ ਖੋਹ ਚੋਰੀ ਦੀ ਵਾਰਦਾਤਾਂ ਲਗਾਤਾਰ ਵੱਧਦੀ ਜਾ ਰਹੀਆਂ। ਹੁਣ ਇੱਕ ਹੋਰ ਮਾਮਲਾ ਆਇਆ ਹੈ VIP ਰੋਡ ਦੇ ਵਿੱਚ, ਇੱਕ ਗੇਟਿਡ ਸੋਸਾਇਟੀ, ਇੱਕ ਨਾਮੀ ਗੇਟਿਡ ਸੋਸਾਇਟੀ ਦੇ ਵਿੱਚ ਦਿਨ ਦਿਹਾੜੇ ਚੋਰਾਂ ਨੇ ਨਿਸ਼ਾਨਾ ਬਣਾਇਆ ਤੇ ਸਿਰਫ 18 ਮਿੰਟ ਦੇ ਅੰਦਰ ਅੰਦਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉੱਥੋਂ ਫਰਾਰ ਹੋ ਗਏ। ਹਾਲਾਂਕਿ ਦੱਸਿਆ ਜਾ ਰਿਹਾ ਕਿ 30 ਤੋਲੇ ਸੋਨਾ, 1 ਲੱਖ ਤੋਂ ਵੀ ਜ਼ਿਆਦਾ ਕੈਸ਼ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਕੈਬ ਪਾਈ ਹੋਈ ਹੈ, ਜਿਹੜੀ CCTV ਫੁਟੇਜ ਵੀ ਸਾਹਮਣੇ ਆਈ ਹੈ ਕਿ ਕੈਬ ਪਾਈ ਹੋਈ ਹੈ, ਔਰ ਦੋਵੇਂ ਬਕਾਇਦਾ ਐਂਟਰੀ ਕਰਾਉਣ ਤੋਂ ਬਾਅਦ, ਯਾਨੀ ਕਿ ਜਿਹੜੇ ਉੱਥੇ ਸਿਕਿਉਰਿਟੀ ਗਾਰਡ ਬੈਠਦੇ ਹੈ, ਐਂਟਰੀ ਕਰਾਉਣ ਤੋਂ ਬਾਅਦ ਉੱਥੇ ਅੱਗੇ ਜਾਂਦੇ ਹੈ, ਔਰ ਜਿਹੜਾ ਬੰਦ ਫਲੈਟ ਰੱਖਿਆ ਸੀਗਾ ਉੱਥੇ ਜਾ ਕੇ ਪੂਰਾ ਦਰਵਾਜ਼ਾ ਬ੍ਰੇਕ ਕਰਨ ਤੋਂ ਬਾਅਦ ਉੱਥੇ ਪੂਰਾ ਅਲਮੀਰਾ ਜਿਹੜੀ ਹੈਗੀ ਹੈ ਉਹਦੇ ਵਿੱਚ ਜਿੰਨਾ ਵੀ ਗੋਲਡ ਪਿਆ ਸੀਗਾ, ਕੈਸ਼ ਪਿਆ ਸੀ, ਉਹ ਸਾਰਾ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਗੇਟਿਡ ਸੋਸਾਇਟੀ ਦੇ ਵਿੱਚ ਸਿਕਿਉਰਿਟੀ ਗਾਰਡਸ ਹੁੰਦੇ ਆ, ਕਿੱਥੇ ਜਾਣਾ ਹੈ, ਕਿਸ ਘਰ ਦੇ ਵਿੱਚ ਜਾਣਾ ਹੈ, ਇਹ ਬਹੁਤ ਸਾਰੀ ਚੀਜ਼ਾਂ ਹੈ। ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹ ਜਾਣਕਾਰ ਸੀਗੇ ਜਾਂ ਕਿਸ ਤਰ੍ਹਾਂ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ, ਕਿਉਂਕਿ ਇਹਦੇ ਵਿੱਚ ਪੁਲਿਸ ਕਈ ਥਾਵਾਂ ਤੇ CCTV ਦੇ ਆਧਾਰ ਤੇ ਕਈ ਚੀਜ਼ਾਂ ਨੂੰ ਲੈ ਕੇ ਹੁਣ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਲੇਕਿਨ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਗੇਟਿਡ ਸੋਸਾਇਟੀ ਦੇ ਵਿੱਚ ਵੀ ਇਸ ਤਰ੍ਹਾਂ ਦੀ ਚੋਰੀ ਦੀ ਵਾਰਦਾਤਾਂ ਹੋ ਰਹੀ ਹੈ ਤਾਂ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਹੁੰਦਾ। ਹੁਣ ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਹੁਣ ਪੂਰਾ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿ ਆਖਿਰ ਉਹ ਚੋਰ ਕੌਣ ਸੀ, ਕਿੱਥੇ ਫਰਾਰ ਹੋਏ, ਕਿਸ ਤਰ੍ਹਾਂ ਦੀ ਰੈਕੀ ਹੋਈ ਔਰ ਗੇਟਿਡ ਸੋਸਾਇਟੀ ਦੇ ਵਿੱਚ ਵੜ ਕੇ ਉਹਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜ਼ੀਰਕਪੁਰ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਦੇ ਵਿੱਚ ਲਗਾਤਾਰ ਦਿਨ ਦਿਹਾੜੇ ਲੁੱਟ ਖੋਹ ਚੋਰੀ ਦੀ ਵਾਰਦਾਤਾਂ ਲਗਾਤਾਰ ਵੱਧਦੀ ਜਾ ਰਹੀਆਂ। ਹੁਣ ਇੱਕ ਹੋਰ ਮਾਮਲਾ ਆਇਆ ਹੈ VIP ਰੋਡ ਦੇ ਵਿੱਚ, ਇੱਕ ਗੇਟਿਡ ਸੋਸਾਇਟੀ, ਇੱਕ ਨਾਮੀ ਗੇਟਿਡ ਸੋਸਾਇਟੀ ਦੇ ਵਿੱਚ ਦਿਨ ਦਿਹਾੜੇ ਚੋਰਾਂ ਨੇ ਨਿਸ਼ਾਨਾ ਬਣਾਇਆ ਤੇ ਸਿਰਫ 18 ਮਿੰਟ ਦੇ ਅੰਦਰ ਅੰਦਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉੱਥੋਂ ਫਰਾਰ ਹੋ ਗਏ। ਹਾਲਾਂਕਿ ਦੱਸਿਆ ਜਾ ਰਿਹਾ ਕਿ 30 ਤੋਲੇ ਸੋਨਾ, 1 ਲੱਖ ਤੋਂ ਵੀ ਜ਼ਿਆਦਾ ਕੈਸ਼ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਕੈਬ ਪਾਈ ਹੋਈ ਹੈ, ਜਿਹੜੀ CCTV ਫੁਟੇਜ ਵੀ ਸਾਹਮਣੇ ਆਈ ਹੈ ਕਿ ਕੈਬ ਪਾਈ ਹੋਈ ਹੈ, ਔਰ ਦੋਵੇਂ ਬਕਾਇਦਾ ਐਂਟਰੀ ਕਰਾਉਣ ਤੋਂ ਬਾਅਦ, ਯਾਨੀ ਕਿ ਜਿਹੜੇ ਉੱਥੇ ਸਿਕਿਉਰਿਟੀ ਗਾਰਡ ਬੈਠਦੇ ਹੈ, ਐਂਟਰੀ ਕਰਾਉਣ ਤੋਂ ਬਾਅਦ ਉੱਥੇ ਅੱਗੇ ਜਾਂਦੇ ਹੈ, ਔਰ ਜਿਹੜਾ ਬੰਦ ਫਲੈਟ ਰੱਖਿਆ ਸੀਗਾ ਉੱਥੇ ਜਾ ਕੇ ਪੂਰਾ ਦਰਵਾਜ਼ਾ ਬ੍ਰੇਕ ਕਰਨ ਤੋਂ ਬਾਅਦ ਉੱਥੇ ਪੂਰਾ ਅਲਮੀਰਾ ਜਿਹੜੀ ਹੈਗੀ ਹੈ ਉਹਦੇ ਵਿੱਚ ਜਿੰਨਾ ਵੀ ਗੋਲਡ ਪਿਆ ਸੀਗਾ, ਕੈਸ਼ ਪਿਆ ਸੀ, ਉਹ ਸਾਰਾ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਗੇਟਿਡ ਸੋਸਾਇਟੀ ਦੇ ਵਿੱਚ ਸਿਕਿਉਰਿਟੀ ਗਾਰਡਸ ਹੁੰਦੇ ਆ, ਕਿੱਥੇ ਜਾਣਾ ਹੈ, ਕਿਸ ਘਰ ਦੇ ਵਿੱਚ ਜਾਣਾ ਹੈ, ਇਹ ਬਹੁਤ ਸਾਰੀ ਚੀਜ਼ਾਂ ਹੈ। ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹ ਜਾਣਕਾਰ ਸੀਗੇ ਜਾਂ ਕਿਸ ਤਰ੍ਹਾਂ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ, ਕਿਉਂਕਿ ਇਹਦੇ ਵਿੱਚ ਪੁਲਿਸ ਕਈ ਥਾਵਾਂ ਤੇ CCTV ਦੇ ਆਧਾਰ ਤੇ ਕਈ ਚੀਜ਼ਾਂ ਨੂੰ ਲੈ ਕੇ ਹੁਣ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਲੇਕਿਨ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਗੇਟਿਡ ਸੋਸਾਇਟੀ ਦੇ ਵਿੱਚ ਵੀ ਇਸ ਤਰ੍ਹਾਂ ਦੀ ਚੋਰੀ ਦੀ ਵਾਰਦਾਤਾਂ ਹੋ ਰਹੀ ਹੈ ਤਾਂ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਹੁੰਦਾ। ਹੁਣ ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਹੁਣ ਪੂਰਾ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿ ਆਖਿਰ ਉਹ ਚੋਰ ਕੌਣ ਸੀ, ਕਿੱਥੇ ਫਰਾਰ ਹੋਏ, ਕਿਸ ਤਰ੍ਹਾਂ ਦੀ ਰੈਕੀ ਹੋਈ ਔਰ ਗੇਟਿਡ ਸੋਸਾਇਟੀ ਦੇ ਵਿੱਚ ਵੜ ਕੇ ਉਹਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜ਼ੀਰਕਪੁਰ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।